ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ। ਜੋ ਸੰਗਤਾਂ ਅੱਜ ਇਹ ਸਾਖੀ ਵਿੱਚ ਨਵੀਆਂ ਜੁੜੀਆਂ ਹਨ, ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜ਼ਰੂਰ ਸਰਵਣ ਕਰ ਲੈਣ ਜੀ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ ਜੀ। ਸਾਖੀ ਨੂੰ ਆਪਾਂ ਜਿੱਥੇ ਕੱਲ੍ਹ ਖਤਮ ਕੀਤਾ ਸੀ, ਅੱਜ ਉੱਥੋਂ ਹੀ ਸਾਖੀ ਨੂੰ ਸ਼ੁਰੂ ਕਰਦੇ ਹਾਂ। ਸੰਗਤ ਜੀ, ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਸਨ। ਜਦ ਕਰਤਾਰਪੁਰ ਦੀ ਜੰਗ ਹੋਈ ਤਾਂ ਗੁਰੂ ਹਰਗੋਬਿੰਦ ਜੀ ਨੇ ਆਪਣੇ ਛੋਟੇ ਬੇਟੇ ਨੂੰ ਤਲਵਾਰ ਦੇ ਜੌਹਰ ਦਿਖਾਉਂਦੇ ਦੇਖ ਫਰਮਾਇਆ ਸੀ, ਤੂੰ ਤੇਗ ਮੱਲ ਤਾਂ ਨਹੀਂ, ਤੇਗ ਬਹਾਦਰ ਹੈ। ਆਪ ਜੀ ਦਾ ਨਾਂ ਤੇਗ ਬਹਾਦਰ ਹੀ ਪੱਕ ਗਿਆ। ਜੰਗ ਉਪਰੰਤ ਆਪ ਜੀ ਦੀ ਰੁਚੀ ਐਸੀ ਬਦਲੀ ਕਿ ਉਪਰਾਮ ਹੀ ਹੋ ਗਏ। ਮਾਤਾ ਨਾਨਕੀ ਨਾਲ ਬਾਬਾ ਬਕਾਲਾ ਨਾਨਕੇ ਪੁੱਜ ਗਏ। ਮਾਤਾ ਗੁਜਰੀ ਜੀ ਵੀ ਉਹਨਾਂ ਨਾਲ ਹੀ ਆ ਟਿਕੀ। ਗੁਰੂ ਹਰਗੋਬਿੰਦ ਜੀ ਗੁਰਗੱਦੀ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੂੰ ਦੇ ਕੇ 3 ਮਾਰਚ 1644 ਈਸਵੀ ਐਤਵਾਰ ਨੂੰ ਜੋਤੀ ਜੋਤ ਸਮਾ ਗਏ। ਮਾਤਾ ਨਾਨਕੀ ਜੀ ਨੇ ਜਦ ਗੁਰੂ ਤੇਗ ਬਹਾਦਰ ਜੀ 'ਤੇ ਬਖਸ਼ਿਸ਼ ਕਰਨ ਲਈ ਕਿਹਾ ਤਾਂ ਆਪ ਜੀ ਨੇ ਇੱਕ ਰੁਮਾਲ, ਪੋਥੀ ਅਤੇ ਕਟਾਰ ਦਿੱਤੀ। ਗੁਰੂ ਤੇਗ ਬਹਾਦਰ ਜੀ ਨੇ ਸਾਧਨਾ ਅਤੇ ਆਰਾਧਨਾ ਨਾਲ ਉਸੇ ਰੁਮਾਲ ਨੂੰ ਇਤਨਾ ਵਧਾਇਆ ਕਿ ਉਹ ਚਾਦਰ ਹੋ ਨਿਬੜੀ ਅਤੇ ਆਪ ਜੀ ਹਿੰਦ ਦੀ ਚਾਦਰ ਕਰਕੇ ਸਤਿਕਾਰੇ ਜਾਣ ਲੱਗੇ। ਗੁਰੂ ਹਰਿ ਰਾਏ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ 17 ਸਾਲ ਤੱਕ ਨਿਭਾਇਆ। 1658 ਈਸਵੀ ਨੂੰ ਔਰੰਗਜ਼ੇਬ ਨੇ ਦਾਰਾ, ਮੁਰਾਦ ਅਤੇ ਸੁਜਾਹ ਆਪਣੇ ਭਰਾਵਾਂ ਨੂੰ ਮਾਰ ਕੇ ਤਖ਼ਤ ਸੰਭਾਲ ਲਿਆ ਅਤੇ ਨਾਲ ਹੀ ਨਵੀਂ ਕਰੜੀ ਧਾਰਮਿਕ ਨੀਤੀ ਦਾ ਐਲਾਨ ਕਰ ਦਿੱਤਾ। ਗੁਰੂ ਹਰਿ ਰਾਏ ਜੀ ਨੇ ਜਿਸ ਦ੍ਰਿੜਤਾ ਨਾਲ ਬਦਲੇ ਹੋਏ ਹਾਲਾਤ ਵਿੱਚ ਜਥੇਬੰਦੀ ਨੂੰ ਕਾਇਮ ਰੱਖਿਆ, ਉਹ ਨਿਰੋਲ ਉਹਨਾਂ ਦੇ ਹੀ ਹਿੱਸੇ ਆਇਆ ਹੈ। ਉਹਨਾਂ ਦੇ ਵੱਡੇ ਪੁੱਤਰ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਉਹਨਾਂ ਦੇ ਪੁੱਛਣ 'ਤੇ ਤੁਸੀਂ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਕਿਉਂ ਪੜ੍ਹਦੇ ਹੋ ਦੇ ਉੱਤਰ ਵਿੱਚ ਕਮਜ਼ੋਰੀ ਅਤੇ ਖੁਸ਼ਾਮਦ ਦੇ ਬਚਨ ਆਖ ਦਿੱਤੇ ਕਿ ਅਸੀਂ ਇਹ ਤਾਂ ਨਹੀਂ ਪੜ੍ਹਦੇ, ਅਸੀਂ ਤਾਂ ਮਿੱਟੀ ਬੇਈਮਾਨ ਪੜ੍ਹਦੇ ਹਾਂ। ਤਾਂ ਗੁਰੂ ਹਰਿ ਰਾਏ ਜੀ ਨੇ ਉਸੇ ਸਮੇਂ ਕਿਹਾ ਕਿ ਛੋਟੀ ਮੱਤ ਵਾਲੇ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਸੱਚਾ ਪਾਤਸ਼ਾਹ ਹੈ ਅਤੇ ਪਾਤਸ਼ਾਹ ਦੇ ਫਰਮਾਨ ਨੂੰ ਬਦਲਾਉਣ ਦਾ ਹੱਕ ਕਿਸੇ ਨੂੰ ਨਹੀਂ। ਹੁਕਮ ਦੇ ਦਿੱਤਾ ਕਿ ਉਹ ਮੇਰੇ ਮੱਥੇ ਨਾ ਲੱਗੇ ਅਤੇ ਤੁਰਕਾਂ ਪਾਸ ਹੀ ਰਹੇ। ਵੱਡ ਐਸ਼ਵਰਜ ਹੇਠ ਕਰ ਫੂਲਾ,
ਆਸ਼ੇ ਸਤਿਗੁਰ ਉਰ ਤੇ ਭੂਲਾ, ਅਬ ਹਮਰੇ ਮੁਖ ਲਾਗੇ ਨਾਹੀ, ਰਹੋ ਆਪ ਤੁਰ ਕੇ ਸ਼ਰਮਾਹੀ। ਦਰਸ਼ ਹੈ ਨਾਹੀ ਦਰਸ਼ਾਵਹਿ ਦਰਸ਼ਨ, ਕਰਹਿ ਤੁਰਕ ਲਛਮੀ ਸੋ ਸਪਰਸ਼ਨ। ਗੁਰੂ ਹਰਿ ਰਾਏ ਜੀ ਨੇ ਗੁਰਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ। ਇੱਕ ਪਾਸੇ ਉਹਨਾਂ ਗੁਰਗੱਦੀ ਦੀ ਪੁੱਤਰਤਾ ਬਚਾਈ, ਦੂਜੇ ਪਾਸੇ ਐਸੇ ਹੁਕਮ ਦਿੱਤੇ ਜਿਸ ਨਾਲ ਜਥੇਬੰਦੀ ਵਿੱਚ ਨਿਰਾਲਾ ਅਤੇ ਨਰੋਆਪਨ ਬਣਿਆ ਰਿਹਾ। ਉਸ ਦੀ ਇੱਕ ਉਦਾਹਰਣ ਭਾਈ ਹਕੀਕਤ ਰਾਏ ਦੇ ਦਾਦਾ ਭਾਈ ਨੰਦ ਲਾਲ ਪੁਰੀ ਨੂੰ ਗਲੋਟੀਆ ਖੁਰ 'ਚ ਦਿੱਤਾ ਉਪਦੇਸ਼ ਹੈ। ਜਦ ਭਾਈ ਜੀ ਨੇ ਉਪਦੇਸ਼ ਦੀ ਮੰਗ ਕੀਤੀ ਤਾਂ ਸੱਤਵੇਂ ਪਾਤਸ਼ਾਹ ਨੇ ਫਰਮਾਇਆ ਸੀ, ਇੱਕ ਤਮਾਕੂ ਨਾ ਪੀਣਾ, ਦੂਜੇ ਕੇਸ ਕਤਲ ਨਾ ਕਰਾਉਣਾ ਅਤੇ ਤੀਜੇ ਟੋਪੀ ਨਾ ਪਹਿਨਣੀ। ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਵਿੱਚ ਰਾਮ ਰਾਏ ਜੀ ਨੂੰ ਮਤਸਰ ਦੀ ਐਸੀ ਅੱਗ ਭੜਕੀ ਜੋ ਦਿੱਲੀ ਵਿੱਚ ਔਰੰਗਜ਼ੇਬ ਨੂੰ ਜਾ ਕੇ ਗੱਦੀ ਲੈਣ ਵਾਸਤੇ ਫਰਿਆਦ ਕੀਤੀ। ਬਾਦਸ਼ਾਹ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਲਿਆਉਣ ਵਾਸਤੇ ਰਾਜਾ ਜੈ ਸਿੰਘ ਅਤੇ ਜੈਪੁਰੀ ਨੂੰ ਹੁਕਮ ਦਿੱਤਾ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਅਸ਼ਰਫੀਆਂ ਅਤੇ ਨਜ਼ਰਾਨਾ ਭੇਟ ਗੁਰੂ ਵਾਸਤੇ ਦੇ ਕੇ ਆਖਿਆ ਕਿ ਕੀਰਤਪੁਰ ਵਿੱਚ ਜਾ ਕੇ ਗੁਰੂ ਸਾਹਿਬ ਨੂੰ ਬੜੇ ਅਦਬ ਨਾਲ ਲੈ ਆਓ। ਜਦ ਦੀਵਾਨ ਨੇ ਆ ਕੇ ਅਰਜ਼ ਕੀਤੀ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਅਸੀਂ ਰਾਜਾ ਦੇ ਪ੍ਰੇਮ ਕਰਕੇ ਚੱਲੇ ਹਾਂ, ਪਰ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਵਾਂਗੇ। ਸੰਗਤਾਂ ਚਿੰਤਾ ਤੁਰ ਸਨ ਕਿ ਜਿਸ ਔਰੰਗਜ਼ੇਬ ਨੇ ਸਰਮਦ ਅਤੇ ਸ਼ਾਹ ਮੁਹੰਮਦ ਬਦਖਸਾਨੀ ਜੋ ਮੀਆਂ ਮੀਰ ਦੇ ਚੇਲੇ ਸਨ ਨੂੰ ਨਿਰਦੋਸ਼ ਹੀ ਕਤਲ ਕਰ ਦਿੱਤਾ ਹੈ, ਉਹ ਪਤਾ ਨਹੀਂ ਇਹਨਾਂ ਨਾਲ ਕੀ ਕਰੇਗਾ। ਪਰ ਗੁਰੂ ਹਰਿਕ੍ਰਿਸ਼ਨ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ। ਦਿੱਲੀ ਵਿਖੇ ਔਰੰਗਜ਼ੇਬ ਦੀ ਜਦ ਕੋਈ ਨਾ ਚੱਲੀ ਤਾਂ ਉਸਨੇ ਰਾਮ ਰਾਏ ਜੀ ਨੂੰ ਸੱਤ ਪਿੰਡ ਖੁਰਵੜਾ, ਧੰਮਵਾਲ, ਚਮਸਾਰੀ, ਧਰਤਵਾਲੀ, ਪੰਡਤਵਾੜੀ, ਮਿਆਂਵਾਲ ਅਤੇ ਰਾਜਪੁਰਾ ਦੇ ਕੇ ਦਿੱਲੀ ਤੋਂ ਹੀ ਟੋਰ ਦਿੱਤਾ। ਉੱਥੇ ਹੀ ਦੇਹਰਾਦੂਨ ਰਾਮ ਰਾਏ ਨੇ ਵਸਾਇਆ ਸੀ। ਧੀਰ ਮੱਲ ਨੇ ਵੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਵੀ ਸਫਲ ਨਾ ਹੋ ਸਕਿਆ ਅਤੇ ਕਰਤਾਰਪੁਰ ਮੁੜ ਆਇਆ। ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਹੀ ਲੋਕਾਂ ਦੇ ਦੁੱਖ ਹਰਦੇ ਅਤੇ ਸਭ ਦੇ ਦੁਖੜੇ ਆਪਣੇ ਸਿਰ ਲੈ ਜੋਤੀ ਜੋਤ ਸਮਾ ਗਏ। ਕਈ ਦਿਨ ਆਪ ਜੀ ਦੀ ਅੱਖ ਨਾ ਖੁੱਲ੍ਹੀ। ਸੰਗਤਾਂ ਨੇ ਵਾਰ ਵਾਰ ਅਰਦਾਸਾਂ ਕਰਨ 'ਤੇ ਆਪ ਜੀ ਨੇ ਮੁੱਖੋਂ ਬਾਬਾ ਬਕਾਲਾ ਕਿਹਾ ਅਤੇ ਸਿਰ ਝੁਕਾ ਦਿੱਤਾ। ਭਾਈ ਸੇਵਾ ਰਾਮ ਦੀਆਂ ਪਰਚੀਆਂ ਦੇ ਲਿਖਣ ਅਨੁਸਾਰ ਫਿਰ ਦੁਬਾਰਾ ਸੰਗਤਾਂ ਨੇ ਬਹੁਤ ਵਾਰੀ ਬੁਲਾਇਆ
ਤਾਂ ਆਪ ਜੀ ਨੇ ਮਿੱਟੀ ਹੋਈ ਮੁੱਠੀ ਉੱਪਰ ਕੀਤੀ, ਭਾਵ ਇਹ ਸੀ ਕਿ ਇੱਕ ਮੁੱਠ ਰਹਿਣਾ। ਭਾਈ ਸੇਵਾ ਸਿੰਘ ਨੇ ਸ਼ਹੀਦੀ ਬਿਲਾਸ ਅਨੁਸਾਰ ਜਬ ਸਤਿਗੁਰ ਭਾਣਾ ਵਰਤਾਇਆ, ਗੁਰ ਬਕਾਲਾ ਮੱਧ ਅਲਾਇਆ। ਭਾਈ ਕੇਸਰ ਸਿੰਘ ਛਿੱਬਰ ਨੇ ਵੀ ਬੰਸਾਵਲੀ ਨਾਮਾ ਵਿੱਚ ਇਹੀ ਗਵਾਹੀ ਭਰੀ ਹੈ। ਵਕਤ ਚਲਾਣੇ ਸਿੱਖਾਂ ਕੀਤੀ ਅਰਦਾਸ, ਗਰੀਬ ਨਿਵਾਜ ਸੰਗਤ ਛੱਡੀ ਕਿਸ ਪਾਸ। ਉਸ ਵਕਤ ਬਚਨ ਕੀਤਾ ਬਾਬਾ ਬਕਾਲੀ, ਗੁਰੂ ਹਰਿਕ੍ਰਿਸ਼ਨ ਜੀ 30 ਮਾਰਚ ਸੰਨ 1664 ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ। ਅੰਗਦ ਜੀ ਦੰਬੀਆਂ ਨੇ ਬਾਬਾ ਬਕਾਲਾ ਸ਼ਬਦ ਦਾ ਨਜਾਇਜ਼ ਲਾਭ ਉਠਾਉਂਦੇ ਹੋਏ ਬਾਬਾ ਬਕਾਲਾ ਵਿਖੇ ਆ ਮੰਜੀਆਂ ਡਾਹੀਆਂ। ਸਿੱਖ ਇਤਿਹਾਸ ਮੁਤਾਬਿਕ 22 ਮੰਜੀਆਂ ਲੱਗ ਗਈਆਂ। ਧੀਰਮਾਲ ਜੀ ਜੋ ਕਰਤਾਰਪੁਰ ਸਨ, ਰਿਸ਼ਤੇ ਵਿੱਚ ਬਾਬਾ ਵੀ ਲੱਗਦੇ ਸਨ ਅਤੇ ਆਦਿ ਗ੍ਰੰਥ ਵੀ ਉਹਨਾਂ ਪਾਸ ਸੀ। ਬਾਬਾ ਬਕਾਲਾ ਆ ਪਹੁੰਚੇ। ਭਾਈ ਕੇਸਰ ਸਿੰਘ ਨੇ ਧੀਰਮਾਲ ਦੇ ਆਖੇ ਸ਼ਬਦ ਇਸ ਪ੍ਰਕਾਰ ਲਿਖੇ ਹਨ। ਧੀਰ ਮੱਲ ਕਿਹਾ ਗੁਰਿਆਈ ਹੈ ਅਸਾਡੀ, ਹਰ ਕ੍ਰਿਸ਼ਨ ਜੋ ਕਿਹਾ ਬਾਬਾ ਬਕਾਲੇ। ਅਸੀਂ ਬਾਬੇ ਹਾਂ ਆਦਿ, ਬਾਬੇ ਗੁਰਦਿੱਤੇ ਦੀ ਔਲਾਦ। ਤੇਗ ਬਹਾਦਰ 5ਵੀਂ ਜਗ੍ਹਾ, ਅਸੀਂ ਬਾਬੇ ਹਾਂ ਆਦਿ। ਫਿਰ ਛਿੱਬਰ ਜੀ ਨੇ ਟੂਕ ਦਿੰਦੇ ਹੋਏ ਕਿਹਾ ਧੀਰਮੱਲ ਨੂੰ, ਇਤਨੀ ਸਮਝ ਨਾ ਮਨ ਮੇਂ ਆਈ, ਬਾਬਾ ਬਕਾਲੇ ਜੋ ਉਨ ਕਿਹਾ, ਸੋ ਜੀਵਦਾ ਕੇ ਮੂੰਹਾਂ ਬਹਿ ਰਿਹਾ। ਸੰਗਤਾਂ ਵਿੱਚ ਕੁਝ ਚਿਰ ਦੁਬਧਾ ਬਣੀ ਰਹੀ, ਪਰ ਭਾਈ ਮੱਖਣ ਸ਼ਾਹ ਲਬਾਣਾ ਦੇ ਪੁੱਜਣ ਨਾਲ ਬੱਦਲ ਛੱਟ ਗਏ। ਮੱਖਣ ਸ਼ਾਹ ਦਾ ਤਜਾਰਥੀ ਜਹਾਜ਼ ਬਰੇਤੇ ਵਿੱਚ ਫਸ ਗਿਆ ਸੀ ਅਤੇ ਉਸਨੇ ਗੁਰੂ ਚਰਨਾਂ ਅੱਗੇ ਅਰਦਾਸ ਕੀਤੀ ਸੀ ਕਿ ਜਹਾਜ਼ ਸਹੀ ਸਲਾਮਤ ਕਿਨਾਰੇ ਲੱਗ ਜਾਏ, ਤਾਂ ਉਹ ਆਪੂ ਆ ਕੇ ਗੁਰੂ ਚਰਨਾਂ 'ਤੇ ਦਸਵੰਧ ਦੀ ਰਕਮ ਰੱਖੇਗਾ। ਜਦ ਉਹ ਬਾਬਾ ਬਕਾਲਾ ਪੁੱਜੇ ਤਾਂ ਕਈ ਗੁਰੂ ਦੇਖ ਉਹਨਾਂ ਇਹ ਸੋਚਿਆ, ਆਤਮਦਰਸੀ ਗੁਰਜੋ ਹੋਏ, ਮਾਂਗ ਲੇ ਗੋ ਮੁਖ 'ਤੇ ਸੋਏ। ਬਾਕੀਆਂ ਅੱਗੇ ਵਿਉਂਤ ਅਨੁਸਾਰ ਜਦ 2-2 ਮੋਹਰਾਂ ਚੜ੍ਹਾ ਚੁੱਕੇ ਤਾਂ ਮੁੜਦੇ ਪਏ ਸਨ ਕਿ ਬਾਣੀ ਦੀ ਆਵਾਜ਼ ਕੰਨੀ ਪਈ। ਆਵਾਜ਼ ਗੁਰੂ ਤੇਗ ਬਹਾਦਰ ਜੀ ਦੀ ਸੀ। ਜਦ ਮੱਖਣ ਸ਼ਾਹ ਨੇ ਉਹਨਾਂ ਅੱਗੇ ਵੀ 2 ਮੋਹਰਾਂ ਰੱਖੀਆਂ ਤਾਂ 9ਵੇਂ ਪਾਤਸ਼ਾਹ ਨੇ ਫਰਮਾਇਆ, ਕਿਉਂ ਨਹਿ ਦੇਤ ਸੋ ਕਿਆ ਮਨ ਹੇਰੀ। ਗੁਰੂ ਦੇ ਵਾਕ ਸੁਣ ਕੇ ਉਸ ਨੂੰ ਪ੍ਰਤੀਤ ਆਈ ਅਤੇ ਉੱਚੇ ਚੜ੍ਹ ਕੇ ਪੱਲੂ ਫੇਰ ਕੇ ਕਿਹਾ, ਗੁਰੂ ਲਾ ਦੋ ਰੇ, ਸਾਚਾ ਗੁਰੂ ਲਾ ਦੋ ਰੇ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਚੜ੍ਹ ਉੱਚੇ ਮੰਦਰ ਟੇਰ ਸੁਣਾਇਆ, ਆਇਓ ਗੁਰਸਿੱਖੋ ਮੈਂ ਸਤਿਗੁਰੂ ਲੱਦਾ, ਤਾਂ ਕਿ ਮਹਿਮਾ ਅਗਮ ਅਗਾਧਾ। ਗੁਰ ਹੈ ਸੋਏ ਜੋ ਗੁਰ ਕੀ ਜਾਣੇ। ਧੀਰ ਮੱਲ ਨੂੰ ਇਤਨਾ ਗੁੱਸਾ ਆਇਆ
ਕੇ ਉਸ ਸ਼ੀਹੇ ਮਸੰਦ ਕੋਲੋਂ ਬੰਦੂਕ ਦੀ ਗੋਲੀ ਦਾ ਵਾਰ ਕਰਵਾਇਆ। ਗੁਰੂ ਜੀ ਤਾਂ ਬਚ ਗਏ ਪਰ ਚੌਰ ਕਰਦਾ ਸਿੱਖ ਉੱਥੇ ਹੀ ਸ਼ਹੀਦ ਹੋ ਗਿਆ। ਸਿੱਖਾਂ ਨੂੰ ਜਦ ਇਸ ਨਿਰਦਈ ਵਾਰਦਾਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਧੀਰ ਮਾਲ ਦਾ ਸਾਰਾ ਮਾਲ ਮਤਾ ਖੋਹ ਲਿਆਂਦਾ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਆਪਣੇ ਕਬਜ਼ੇ ਵਿੱਚ ਕਰ ਲਈ। ਗੁਰੂ ਤੇਗ ਬਹਾਦਰ ਜੀ ਨੂੰ ਇਸ ਵਾਰਤਾ ਦਾ ਪਤਾ ਲੱਗਾ ਤਾਂ ਆਪ ਜੀ ਨੇ ਸਾਰਾ ਸਮਾਨ ਵਾਪਸ ਕਰਵਾਇਆ ਅਤੇ ਬੀੜ ਮੋੜਨ ਲਈ ਹੁਕਮ ਦਿੱਤਾ। ਉੱਥੇ ਇਹ ਬਚਨ ਵੀ ਉਚਾਰੇ ਕਿ ਖਿਮਾ ਕਰਤ ਨਰ ਕੀ ਕਲਿਆਣ, ਅਤੇ ਉੱਥੇ ਇਹ ਵੀ ਕਿਹਾ ਦਰਬ ਕੇ ਕਾਜ ਕਛ ਗੁਰ ਮਹਾਰਾਜ ਨੇ ਨਹੀਂ ਇਹ ਬੈਠ ਦੁਕਾਨ ਪਾਈ। ਤਾਰੀਖ ਪੰਜਾਬ ਦੇ ਕਥਨ ਅਨੁਸਾਰ ਇਹ ਫਰਮਾਇਆ ਸਾਨੂੰ ਇਸ ਸਮਾਨ ਦੀ ਲੋੜ ਨਹੀਂ, ਉਸੇ ਹਿਰਸੀ ਦੀ ਹਿਰਸ ਪੂਰੀ ਹੋਣ ਦਿਓ। ਅਸੀਂ ਕੋਈ ਧਨ ਦੌਲਤ ਇਕੱਠੀ ਕਰਨ ਲਈ ਇਹ ਹੱਟੀ ਨਹੀਂ ਪਾਈ ਹੋਈ। ਉੱਥੋਂ ਜਦ ਸ਼੍ਰੀ ਅੰਮ੍ਰਿਤ ਸਾਹਿਬ ਪੁੱਜੇ ਤਾਂ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਹਰਜੀ ਅਤੇ ਹੋਰਨਾਂ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਦੇਖਿਆ। ਉਹਨਾਂ ਦਰਵਾਜ਼ੇ ਬੰਦ ਕਰ ਜੰਦਰੇ ਵੀ ਮਾਰ ਦਿੱਤੇ। ਆਪ ਜੀ ਦੂਰੋਂ ਹੀ ਨਮਸਕਾਰ ਕਰ ਅਤੇ ਇਸ਼ਨਾਨ ਕਰ ਵੱਲਾ ਪਿੰਡ ਚਲੇ ਗਏ। ਜਦ ਮੱਖਣ ਸ਼ਾਹ ਜੀ ਦੇ ਸਮਝਾਉਣ ਅਤੇ ਮਸੰਦ ਗੁਰਚਰਨੀ ਲੱਗੇ ਤਾਂ ਗੁਰੂ ਜੀ ਨੇ ਇਹ ਫਰਮਾਇਆ ਕਿ ਅੰਮ੍ਰਿਤ ਸਰੋਵਰ ਵਿੱਚ ਰਹਿਣ ਵਾਲਿਆਂ ਨੂੰ ਤ੍ਰਿਸ਼ਨਾ ਨਹੀਂ ਸੋਭਦੀ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਗੜ੍ਹ ਤੇ ਅੰਦਰ ਸੜੀਏ। ਤਰਨ ਤਾਰਨ, ਖਡੂਰ ਸਾਹਿਬ, ਗੋਂਦਵਾਲ ਸਾਹਿਬ, ਸੁਲਤਾਨਪੁਰ ਲੋਧੀ ਅਤੇ ਲੱਖੀ ਜੰਗਲ ਤੋਂ ਹੁੰਦੇ ਹੋਏ ਆਪ ਜੀ ਕੀਰਤਪੁਰ ਸਾਹਿਬ ਪੁੱਜੇ। ਕੀਰਤਪੁਰ ਵੀ ਆਪਣੇ ਵੱਡੇ ਭਰਾ ਸੂਰਜਮਲ ਦੀ ਤਪਸ਼ ਅਤੇ ਈਰਖਾ ਦੇਖ ਕੇ ਆਪ ਜੀ ਨੇ ਨਵਾਂ ਟਿਕਾਣਾ ਬਣਾਉਣ ਦਾ ਮਨ ਬਣਾ ਲਿਆ। ਉੱਧਰ ਔਰੰਗਜ਼ੇਬ ਦਾ ਤੋਅਸਬੀ ਸੂਰਜ ਸਿਖਰ 'ਤੇ ਪੁੱਜ ਰਿਹਾ ਸੀ। ਜੌਨ ਕਲਾਰਕ ਆਰਚਰਜ ਦਾ ਕਹਿਣਾ ਹੈ ਇੱਕ ਹੋਰ ਖਿਆਲ ਨੇ ਵੀ ਗੁਰੂ ਤੇਗ ਬਹਾਦਰ ਨੂੰ ਨਵੀਂ ਅਤੇ ਨਵੇਕਲੀ ਥਾਂ ਵਸਾਉਣ ਲਈ ਮਜਬੂਰ ਕਰ ਦਿੱਤਾ। ਉਹ ਦੇਖ ਰਹੇ ਸਨ ਕਿ ਔਰੰਗਜ਼ੇਬ ਦਾ ਤੋਅਸਬੀ ਸੂਰਜ ਬੜੀ ਤੇਜ਼ੀ ਨਾਲ ਚੜ੍ਹ ਰਿਹਾ ਹੈ। ਸਿੱਖ ਧਰਮ ਨੂੰ ਉਸਦੀ ਤਪਸ਼ ਤੋਂ ਬਚਾਉਣਾ ਜ਼ਰੂਰੀ ਹੈ। ਆਪ ਜੀ ਦੀ ਸੁਚੱਜੀ ਅੱਖ ਨੇ ਮਾਖੋਵਾਲ ਦੀਆਂ ਪਹਾੜੀਆਂ ਦੀ ਚੋਣ ਕੀਤੀ। ਇਹ ਪਹਾੜੀਆਂ ਤਿੰਨ ਦਰਿਆਵਾਂ ਸਤਲੁਜ, ਸਰਸਾ ਅਤੇ ਚਰਨ ਗੰਗਾ ਵਿਚਕਾਰ ਸਨ। ਉਹਨਾਂ ਇਹਨਾਂ ਦਿਨਾਂ ਵਿੱਚ ਹੀ ਅਪ੍ਰੈਲ 1665 ਈਸਵੀ ਵਿੱਚ ਰਾਜਾ ਦੀਪ ਚੰਦ ਕਹਿਲੂਰੀ ਵਾਲੇ ਦਾ ਪੁੱਤ ਤਾਰਾ ਚੰਦ ਚੜ੍ਹਾਈ ਕਰ ਗਿਆ। ਰਾਜਾ ਦੀਪ ਚੰਦ ਨੂੰ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਬੰਦ ਖਲਾਸ ਕਰਵਾਇਆ ਸੀ। ਉਹ ਉਹਨਾਂ 52 ਰਾਜਿਆਂ ਵਿੱਚੋਂ ਇੱਕ ਸਨ ਜੋ ਬੰਦੀ ਛੋੜ ਦਾਤੇ ਦੀ ਬਖਸ਼ਿਸ਼ ਨਾਲ ਰਿਹਾ ਹੋਏ ਸਨ।
ਉਸ ਦੇ ਪੁੱਤਰ ਤਾਰਾ ਚੰਦ ਦੇ ਸੱਦੇ 'ਤੇ ਹੀ ਆਪ ਬਿਲਾਸਪੁਰ ਜਾ ਰਹੇ ਸਨ। ਕੀਰਤਪੁਰ ਹੀ ਸਨ ਕਿ ਤਾਰਾ ਚੰਦ ਦੀ ਮ੍ਰਿਤਿਊ ਦੀ ਖਬਰ ਪੁੱਜੀ। ਆਪ ਜੀ ਬਿਲਾਸਪੁਰ ਪੁੱਜੇ ਅਤੇ ਉਸ ਦੀ ਵਿਧਵਾ ਰਾਣੀ ਚੰਪਾ ਨੇ ਮੀਆਂਪੁਰ, ਲੋਧੀਪੁਰ, ਸੋਹੋਟੇ ਨਗਰ ਦੀ ਨਾਲ ਵਾਲੀ ਜ਼ਮੀਨ ਦੇ ਕੇ ਬੇਨਤੀ ਕੀਤੀ ਕਿ ਉਹ ਨਵਾਂ ਨਗਰ ਵਸਾਉਣ। ਭੀਮ ਚੰਦ ਦੀ ਉਮਰ ਉਸ ਵੇਲੇ ਕੇਵਲ 10 ਸਾਲ ਸੀ। ਆਪ ਜੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ ਥਾਂ ਮੁੱਲ ਲੈਣੀ ਹੀ ਠੀਕ ਜਾਣੀ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਅਨੁਸਾਰ ਮੁੱਲ ਤਾਰ ਕੇ ਖੂਬਸੂਰਤ ਨਗਰ ਵਸਾਇਆ ਅਤੇ ਮਾਤਾ ਨਾਨਕੀ ਜੀ ਦੇ ਨਾਂ 'ਤੇ ਉਸ ਦਾ ਨਾਮ ਰੱਖਿਆ। ਯਾਰੇ ਖਰੀਦ ਜਾਗਾ ਲੈ ਜਾਨਾ, ਨਗਰ ਰਚਿਓ ਆਸ਼ੋ ਸੁਖਦਾਨਾ, ਮਾਤਾ ਜੀ ਕੇ ਇਸਮ ਨਿਧਾਨਾ, ਅਤੇ ਸੰਭਾਲ ਕੀਤੀ ਕਿ ਪਟੇ ਲਿਖਾ ਕੇ ਪਾਸ ਰੱਖ ਲਏ। ਜਰ ਖਰੀਦ ਕੇ ਪਟੇ ਲਿਖਾਏ, ਲੈ ਸਤਿਗੁਰ ਨਿਜ ਨਿਕਟ ਰਖਾਏ। ਜੋ 3 ਪਿੰਡ ਆਪ ਜੀ ਨੇ 2200 ਰੁਪਏ ਦੇ ਕੇ ਖਰੀਦੇ, ਉਹਨਾਂ ਦਾ ਨਾਂ ਮਾਖੋਵਾਲ ਮਟੋਰ, ਮੀਆਂਪੁਰ ਸਹੋਤਾ ਅਤੇ ਲੋਧੀਪੁਰ ਸਨ। 2 ਪਠਾਣਾ ਮਾਟੋ ਅਤੇ ਮਾਖੋ ਨੇ ਇਹ ਨਗਰ ਵਸਾਏ ਸਨ, ਪਰ ਉਹਨਾਂ ਨੇੜੇ ਤੇੜੇ ਦੇ ਲੋਕਾਂ 'ਤੇ ਇਤਨੇ ਅਤਿਆਚਾਰ ਕੀਤੇ ਕਿ ਲੋਕ ਉਹਨਾਂ ਨੂੰ ਦੈਂਤ ਹੀ ਆਖਣ ਲੱਗ ਪਏ। ਇਹ ਖਿਆਲ ਕੀਤਾ ਜਾਂਦਾ ਸੀ ਕਿ ਉਹਨਾਂ ਦੀਆਂ ਰੂਹਾਂ ਉਸ ਸਮੇਂ ਤੱਕ ਉੱਥੇ ਹੀ ਡੇਰਾ ਲਗਾਈ ਬੈਠੀਆਂ ਸਨ। 19 ਜੂਨ 1665 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹੱਥਾਂ ਨਾਲ ਨਵੇਂ ਨਗਰ ਦੀ ਨੀਂਹ ਰਖਵਾਈ। ਕੜਾਹ ਪ੍ਰਸ਼ਾਦ ਵਰਤਾਇਆ ਅਤੇ ਨਾਂ ਚੱਕ ਨਾਨਕੀ ਰੱਖਿਆ। ਅਜੇ ਕੁਝ ਚਿਰ ਹੀ ਹੋਇਆ ਸੀ ਕਿ ਆਪ ਜੀ ਨੂੰ ਪੂਰਬ ਵੱਲੋਂ ਪੁਕਾਰਾਂ ਆਉਣ ਲੱਗ ਪਈਆਂ। ਦਾਤਾਰ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਦਰਦ ਵੰਡਾਉਣ ਲਈ ਪੂਰਬ ਵੱਲ ਚੱਲ ਪਏ। ਔਰੰਗਜ਼ੇਬ ਦਾ ਬਹੁਤਾ ਹੱਲਾ ਪੂਰਬ ਦੇਸ਼ 'ਤੇ ਹੀ ਸੀ। ਆਗਰਾ, ਮਥੁਰਾ, ਪ੍ਰਯਾਗ, ਬਨਾਰਸ, ਅਯੁੱਧਿਆ 'ਤੇ ਔਰੰਗਜ਼ੇਬ ਜਬਰ ਢਾ ਰਿਹਾ ਸੀ। ਆਪ ਜੀ ਮਾਤਾ ਗੁਜਰੀ ਸਮੇਤ ਉੱਧਰ ਹੀ ਚੱਲ ਪਏ। ਹੁਣ ਜਾਣਦੇ ਸਨ ਕਿ ਪੂਰੀ ਤਰ੍ਹਾਂ ਨਾ ਵਸੇ ਆਨੰਦਪੁਰ ਵਿੱਚ ਮਾਤਾ ਜੀ ਨੂੰ ਛੱਡ ਜਾਣਾ ਠੀਕ ਨਹੀਂ। ਗੁਰੂ ਕੀਆਂ ਸਾਖੀਆਂ ਅਤੇ ਮਹਿਮਾ ਪ੍ਰਕਾਸ਼ ਅਨੁਸਾਰ 1 ਅਕਤੂਬਰ 1665 ਵਿੱਚ ਤਮਧਾਨ ਵਿਖੇ ਆਲਮ ਖਾਨ ਰੋਹੇਲੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰ ਲਿਆ, ਪਰ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਮ ਸਿੰਘ ਦੇ ਕਹਿਣ 'ਤੇ ਬੰਦੀਖਾਨੇ ਵਿੱਚ ਨਾ ਪਾਇਆ ਗਿਆ। ਬਾਦਸ਼ਾਹ ਬੁਰੰਜੀ ਵਿੱਚ ਲਿਖਿਆ ਵੀ ਹੈ ਕਿ ਔਰੰਗਜ਼ੇਬ ਨੇ ਰਾਮ ਸਿੰਘ ਕੋਲੋਂ ਪੁੱਛਿਆ ਵੀ ਕਿ ਤੂੰ ਐਸਾ ਕਿਉਂ ਚਾਹੁੰਦਾ ਹੈ, ਤਾਂ ਰਾਮ ਸਿੰਘ ਨੇ ਕਿਹਾ, ਉਹ ਕੌਣ ਹਨ ਤੁਹਾਨੂੰ ਕੀ ਪਤਾ।
ਰਾਜਾ ਜਾਂ ਨਵਾਬ ਹੋਵੇ ਤਾਂ ਤੇ ਤੇਰਾ ਅਤਾਬ ਗਿਰੇ, ਪਰ ਉਹ ਤਾਂ ਪੀਰਾਨ ਪੀਰ ਹਨ। ਗੁਰੂ ਜੀ, ਨਾ ਡਰੋ ਅਤੇ ਨਾ ਡਰਾਓ ਦਾ ਲੋਕਾਂ ਵਿੱਚ ਹਰ ਥਾਂ ਪ੍ਰਚਾਰ ਕਰਦੇ ਹੀ ਗਏ। ਗੌ ਨਾਲ ਦੇਖਿਆ ਜਾਏ ਤਾਂ ਉਹਨਾਂ ਦੀ ਸਾਰੀ ਬਾਣੀ ਅਤੇ ਸਲੋਕ ਹਿੰਦਵੀ ਭਾਸ਼ਾ ਵਿੱਚ ਸਨ। ਕੋਈ ਵਿਰਲਾ ਸ਼ਬਦ ਹੀ ਫਾਰਸੀ ਜਾਂ ਠੇਠ ਪੰਜਾਬੀ ਦਾ ਹੈ। ਉਹ ਲੋਕਾਂ ਨੂੰ ਸੰਗਤਾਂ ਬਣਾਉਣ ਅਤੇ ਧਰਮ ਦ੍ਰਿੜ ਕਰਨ ਦੀ ਗੱਲ ਹੀ ਆਖ ਰਹੇ ਸਨ। ਉਹ ਸ਼ਬਦਾਂ ਰਾਹੀਂ ਸਮਝਾ ਰਹੇ ਸਨ ਕਿ ਜੇ ਇੱਕੋ ਪ੍ਰਭੂ ਦਾ ਸਹਾਰਾ ਲਿਆ ਜਾਏ ਤਾਂ ਜ਼ਾਲਮ ਦਾ ਜ਼ੁਲਮ ਬਹੁਤੀ ਦੇਰ ਨਹੀਂ ਟਿਕਦਾ। ਦਰੋਪਦੀ ਨੇ ਪੁਕਾਰਿਆ ਤਾਂ ਉਸਦੀ ਲਾਜ ਰਹੀ। ਹਾਥੀ ਨੇ ਸਿਮਰਿਆ ਤਾਂ ਉਹ ਤੰਦੂਏ ਦੀ ਪਕੜ ਤੋਂ ਆਜ਼ਾਦ ਹੋ ਗਿਆ। ਅਜਾਮਲ ਨੇ ਸਿਮਰਿਆ ਤਾਂ ਉਹ ਮੁਕਤ ਹੋ ਗਿਆ। ਸੋ ਲੋੜ ਇਕੱਠੇ ਹੋਣ ਅਤੇ ਵਿਸ਼ਵਾਸ ਰੱਖਣ ਦੀ ਹੈ। ਇਸ ਪ੍ਰਚਾਰ ਸਦਕਾ ਸੁਤੰਤਰਤਾ ਦੀ ਨਵੀਂ ਲਹਿਰ ਚੱਲ ਪਈ। ਮਥੁਰਾ ਵਿੱਚ ਗੋਕਲ ਨੇ ਹਥਿਆਰ ਚੁੱਕੇ ਅਤੇ ਉਸ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨ ਹਥਿਆਰਬੰਦ ਹੋ ਖਲੋਤੇ। ਪੂਰਾ ਇੱਕ ਸਾਲ ਇਸ ਬਗਾਵਤ ਨੂੰ ਦਬਾਉਣ ਵਿੱਚ ਲੱਗ ਗਿਆ। 1670 ਵਿੱਚ ਨਾਰਨੌਲ ਦੇ ਸਤਨਾਮੀ ਉੱਠ ਬੈਠੇ। ਇਹ ਸਭ ਨਾ ਭੈ ਮਾਨਤ ਆਨ ਦੇ ਪ੍ਰਚਾਰ ਦਾ ਹੀ ਸਦਕਾ ਸੀ। ਇਸ ਸਿਲਸਿਲੇ ਵਿੱਚ ਗੁਲਾਮ ਹੁਸੈਨ ਨੇ ਵੀ ਲਿਖਿਆ ਹੈ, ਗੁਰੂ ਤੇਗ ਬਹਾਦਰ ਦੇ ਗਿਰਦ ਬੇਅੰਤ ਸੇਵਕ ਇਕੱਠੇ ਹੋ ਗਏ ਅਤੇ ਹਜ਼ਾਰਾਂ ਲੋਕ ਉਸ ਪਿੱਛੇ ਤੁਰਨ ਲੱਗੇ। ਜਦ ਆਪ ਜੀ ਇਲਾਹਾਬਾਦ ਪੁੱਜੇ ਤਾਂ ਉੱਥੇ ਗੁਰੂ ਜੀਵਨ ਦੀ ਮਹਾਨ ਘਟਨਾ ਹੋਈ। ਗੁਰੂ ਜੀ ਦੀ ਸ਼ਾਦੀ ਹੋਇਆ ਤਕਰੀਬਨ 27 ਸਾਲ ਹੋ ਗਏ ਸਨ। ਇਹ ਜੋੜਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲੀਨ ਹੋ ਕੇ ਕਿਸੇ ਮਹਾਨ ਆਤਮਾ ਨੂੰ ਜਨਮ ਦੇਣ ਦੀ ਪ੍ਰਾਰਥਨਾ ਕਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਕਿ ਮਾਤਾ ਅਤੇ ਪਿਤਾ ਨੇ ਟਿੱਕ ਪ੍ਰਭੂ ਨੂੰ ਯਾਦ ਕੀਤਾ। ਉਹਨਾਂ ਦੀ ਆਰਾਧਨਾ ਤੋਂ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਮੈਨੂੰ ਹੁਕਮ ਕੀਤਾ ਕਿ ਉਹਨਾਂ ਦੇ ਗ੍ਰਹਿ ਵਿਖੇ ਜਨਮ ਲਵਾਂ ਅਤੇ ਪ੍ਰਕਾਸ਼ ਤਰਬੈਣੀ ਦੇ ਅਸਥਾਨ 'ਤੇ ਹੋਇਆ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਦ ਯੋਗ ਸਾਧਨਾ ਸਾਧਾ, ਤਿੰਨ ਕੋ ਕਰੀ ਅਲਖ ਕੀ ਸੇਵਾ, ਤਾਂ ਕਿ ਭਏ ਪ੍ਰਸੰਨ ਗੁਰਦੇਵਾ। ਤਿੰਨ ਪ੍ਰਭ ਜਬ ਆਇਸ ਮੋਹ ਦੀਆ, ਤਬ ਹਮ ਜਨਮ ਕਲੂ ਮਹਿ ਲੀਆ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਤਬ ਲਇਓ। ਇਲਾਹਾਬਾਦ ਤੋਂ ਬਨਾਰਸ ਗਿਆ ਕਰਮ ਨਾਸ ਨਦੀ ਪਾਰ ਕਰਕੇ ਆਪ ਜੀ ਪਟਨਾ ਪੁੱਜੇ। ਪਟਨਾ ਪੁੱਜਦੇ ਹੀ ਬਾਰਿਸ਼ਾਂ ਆਰੰਭ ਹੋ ਗਈਆਂ ਸਨ ਅਤੇ ਚੁਮਾਸਾ ਲੱਗ ਗਿਆ ਸੀ। ਗੁਰੂ ਜੀ ਨੇ
ਉਸ ਉੱਥੇ ਟਿਕ ਕੇ ਧਰਮ ਪ੍ਰਚਾਰ ਦੇ ਕੰਮ ਨੂੰ ਜਥੇਬੰਦ ਕੀਤਾ। ਉੱਥੇ ਹੀ ਆਪ ਜੀ ਨੂੰ 1 ਅਗਸਤ 1666 ਨੂੰ ਖਬਰ ਪੁੱਜੀ ਕਿ ਸ਼ਿਵਾ ਜੀ ਮਰਹੱਟਾ ਰਾਮ ਸਿੰਘ ਦੇ ਮਹੱਲਾਂ ਤੋਂ ਪੁੱਤਰ ਸਮੇਤ ਨੱਸ ਗਿਆ ਹੈ। ਔਰੰਗਜ਼ੇਬ ਨੇ ਰਾਮ ਸਿੰਘ ਨੂੰ ਦੋਸ਼ੀ ਠਹਿਰਾਇਆ। ਪਹਿਲਾਂ ਤਾਂ ਉਸ ਨੂੰ ਸਖ਼ਤ ਸਜ਼ਾ ਦੇਣ ਦੀ ਸੋਚੀ, ਪਰ ਫਿਰ ਆਸਾਮ ਦੀ ਮੁਹਿੰਮ 'ਤੇ ਭੇਜ ਦਿੱਤਾ। ਹਰ ਕੋਈ ਜਾਣਦਾ ਸੀ ਕਿ ਆਸਾਮ ਦੀ ਮੁਹਿੰਮ 'ਤੇ ਗਿਆ ਕੋਈ ਵਾਪਸ ਨਹੀਂ ਮੁੜਿਆ, ਸੋ ਇਹ ਵੀ ਇੱਕ ਕਿਸਮ ਦੀ ਸਜ਼ਾ ਹੀ ਸੀ। ਰਾਜਾ ਰਾਮ ਸਿੰਘ 1 ਫਰਵਰੀ 1669 ਨੂੰ ਢਾਕਾ ਵਿਖੇ ਗੁਰੂ ਜੀ ਨੂੰ ਮਿਲਿਆ ਸੀ। ਅਖ਼ਬਾਰ ਅਤੇ ਦਰਬਾਰ ਮੁਹੱਲਾ ਨੇ ਰਾਮ ਸਿੰਘ ਰਾਜਾ ਦੇ ਨਾਲ ਜਾਣ ਦਾ ਜ਼ਿਕਰ ਕੀਤਾ ਹੈ। ਗੁਰੂ ਜੀ ਪਟਨੇ ਤੋਂ ਘੁਮੇਰ, ਭਾਗਲਪੁਰ, ਕੌਲਗਾਂਗ, ਸਾਹਿਬਗੰਜ ਅਤੇ ਕਾਤਨਗਰ ਪਹੁੰਚੇ। ਕਾਤਨ ਨਗਰ ਤੋਂ ਰਾਜ ਮਹੱਲ, ਮਾਲਦਾ, ਗੋਦਾਗਰੀ, ਗੋਪਾਲਪੁਰ ਤੋਂ 1666 ਅਕਤੂਬਰ ਨੂੰ ਢਾਕਾ ਪੁੱਜ ਗਏ ਸਨ। ਰਾਹ ਵਿੱਚੋਂ ਪਟਨਾ ਦੀ ਸੰਗਤਾਂ ਦੇ ਨਾਮ ਹੁਕਮਨਾਮੇ ਲਿਖੀ ਜਾ ਰਹੇ ਸਨ। ਇੱਕ ਹੁਕਮਨਾਮਾ ਵਿੱਚ ਆਪ ਜੀ ਨੇ ਲਿਖਿਆ ਕਿ ਅਸੀਂ ਪਰੇ ਰਾਜਾ ਜੀ ਕੇ ਸਾਥ ਗਏ ਹਾਂ। ਕਬੀਲਾ ਹਮੋ ਪਟਨੇ ਮੇਂ ਛੋੜਾ ਹੈ, ਸੰਗਤ ਕੀ ਸੇਵਾ ਕਾ ਵੇਲਾ ਹੈ। ਜੋ ਸਿੱਖ ਸੇਵਾ ਕਰੇਗਾ ਜਿਸਕੇ ਰੁਜ਼ਗਾਰ ਮੇਂ ਬਰਕਤ ਹੋਵੇਗੀ। ਕੋਈ ਅਬਲ ਹਵੇਲੀ ਹੋਵੇ, ਵੱਡੀ ਹੋਵੇ, ਜਿਸਮੋ ਕਬੀਲੇ ਹਮਾਰੇ ਰੱਖਣੇ। ਇੱਥੋਂ ਇਹ ਸਪਸ਼ਟ ਹੈ ਕਿ ਮਾਤਾ ਜੀ ਦੀ ਸਿਹਤ ਦਾ ਗੁਰੂ ਜੀ ਨੂੰ ਬਹੁਤ ਖਿਆਲ ਸੀ, ਇਸੇ ਲਈ ਉਹ ਖੁੱਲ੍ਹੀ ਵੱਡੀ ਅੱਛੀ ਅਤੇ ਹਵਾਦਾਰ ਹਵੇਲੀ ਲਈ ਲਿਖ ਰਹੇ ਸਨ। ਗੁਰੂ ਤੇਗ ਬਹਾਦਰ ਜੀ ਢਾਕਾ ਵਿਖੇ ਹੀ ਸਨ ਕਿ ਉਹਨਾਂ ਨੂੰ ਭਾਈ ਮਿਹਰ ਚੰਦ ਅਤੇ ਭਾਈ ਕਲਿਆਣ ਚੰਦ ਹੱਥੀਂ ਖਬਰ ਭੇਜੀ ਕਿ ਪੋਹ ਸੁਦੀ ਸੰਪਤਮੀ 1723 ਬਿਕਰਮੀ ਈਸਵੀ ਨੂੰ ਉਹਨਾਂ ਦੇ ਗ੍ਰਹਿ ਵਿਖੇ ਬਾਲਕ ਦਾ ਜਨਮ ਹੋਇਆ ਹੈ। ਖਬਰ ਸੁਣਦੇ ਸਾਰ ਹੀ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਦਾਸ ਦਾ ਨਾਂ ਧਰਿਆ ਅਤੇ ਪਟਨਾ ਦੀ ਸੰਗਤ ਦੇ ਨਾਮ ਹੁਕਮਨਾਮਾ ਭੇਜਿਆ ਕਿ ਸਰਬੱਤ ਸੰਗਤ ਪਟਨੇ ਕੀ ਜਿਨ ਵਾਹਿਗੁਰੂ ਕੀਆ ਹੈ, ਜਿਸਕੇ ਮਨੋਰਥ ਪੂਰੇ ਹੋਵੇਗੇ। ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ, ਗੁਰ ਕੀ ਦਰਗਾਹ ਥਾਏ ਪਾਇਆ, ਰੁਪਏ ਕੀ ਮੂਹਰ ਥਾਏ ਪੜੀ, ਪੀਛੇ ਸੇਵਾ ਕੀਤੀ ਸੋ ਥਾਏ ਪਈ। ਆਗੇ ਜੋ ਸੇਵਾ ਕਰੋਗੇ ਜਿਸਕਾ ਭਲਾ ਹੋਗਾ, ਸਭ ਕੇ ਰੁਜ਼ਗਾਰ ਮੋਂ ਬਰਕਤ ਹੋਗਾ। ਭਾਈ ਜੀ ਸਿਰ ਪਾਓ ਭੇਜਿਆ ਹੈ, ਪਟਨਾ ਗੁਰੂ ਕਾ ਘਰ ਹੈ। ਫਿਰ ਪਿੱਛੋਂ ਇੱਕ ਹੋਰ ਹੁਕਮਨਾਮੇ ਵਿੱਚ ਲਿਖਿਆ ਕਿ ਸੰਗਤ ਸੇਵਾ ਗੋਬਿੰਦ ਦਾਸ ਕੀ ਕਰਤੀ ਹੈ।
ਤੁਮਾਰੀ ਸੇਵਾ ਸੰਗਤ ਕੀ ਗੁਰ ਕੀ ਦਰਗਾਹ ਥਾਏ ਪੜੇਗੀ। ਸੰਗਤ ਕਾ ਭਲਾ ਹੋਗਾ, ਇਸ ਤੋਂ ਇਹ ਗੱਲ ਪ੍ਰਤੀਤ ਹੁੰਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਬੰਗਾਲ ਅਤੇ ਅਸਾਮ ਵਿੱਚ ਕਾਫੀ ਸਮਾਂ ਲੱਗ ਗਿਆ ਸੀ। ਗੋਬਿੰਦ ਦਾਸ ਕੀ ਸੇਵਾ ਕਰਤੀ ਹੈ ਤੂੰ, ਇਹ ਗੱਲ ਉੱਗੜ ਕੇ ਸਾਹਮਣੇ ਆਵਦੀ ਹੈ। ਸੰਗਤ ਜੀ, 1670 ਨੂੰ ਗੁਰੂ ਜੀ ਨੇ ਅਸਾਮੀਆਂ ਅਤੇ ਮੁਗਲਾਂ ਦੀ ਫੌਜ ਵਿੱਚ ਸੁਲਾਹ ਕਰਵਾ ਦਿੱਤੀ। ਗੁਰੂ ਜੀ ਦੇ ਕਹਿਣ 'ਤੇ ਦੋਵੇਂ ਧਿਰਾਂ ਪੁਰਾਣੀਆਂ ਹੱਦਾਂ ਤੋਂ ਮੁੜ ਗਈਆਂ। ਕਈ ਜਾਨਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ। ਆਪ ਜੀ ਉੱਥੋਂ ਹੱਜੋ ਪੁੱਜੇ, ਜਿਸ ਨੇੜੇ ਤਰ੍ਹਾਂ ਪਰਬਤ ਦੀ ਪਹਾੜੀ ਹੈ। ਰੰਗਾ ਮਾਟੀ ਵਿਖੇ 2 ਮਾਰਚ 1670 ਨੂੰ ਜਾਣ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ। ਫਿਰ ਢਾਕਾ, ਕਲਕੱਤਾ, ਕਟਕ ਅਤੇ ਪੁਰੀ ਤੋਂ ਹੁੰਦੇ ਹੋਏ ਛੇਤੀ ਹੀ ਪੰਜਾਬ ਵੱਲ ਚੱਲ ਪਏ। ਛੇਤੀ ਮੁੜਨ ਦਾ ਕਾਰਨ ਇਹ ਹੀ ਲੱਗਦਾ ਹੈ ਕਿ ਔਰੰਗਜ਼ੇਬ ਨੇ ਹੁਣ ਪੰਜਾਬ ਨੂੰ ਕੇਂਦਰ ਬਣਾ ਲਿਆ ਸੀ। ਉਹ ਆਗਰੇ ਤੋਂ ਲਾਹੌਰ ਆ ਗਿਆ ਸੀ। ਗੁਰੂ ਜੀ ਦਾ ਪੰਜਾਬ ਪੁੱਜਣਾ ਜ਼ਰੂਰੀ ਸੀ ਤਾਂ ਕਿ ਲੋਕਾਂ ਨੂੰ ਧਰਵਾਸ ਮਿਲੀ। ਪਟਨਾ ਵਿੱਚ ਬਾਲਕ ਗੁਰੂ ਗੋਬਿੰਦ ਨੂੰ ਦੇਖ ਕੇ ਕੁਝ ਹੀ ਦਿਨ ਉੱਥੇ ਟਿਕੇ। ਆਪ ਜੀ ਨੇ ਪਰਿਵਾਰ ਨੂੰ ਉੱਥੇ ਹੀ ਰਹਿਣ ਦੇਣਾ ਠੀਕ ਸਮਝਿਆ ਅਤੇ ਆਪ ਅਨੰਦਪੁਰ ਸਾਹਿਬ ਦੀ ਉਸਾਰੀ ਆਰੰਭ ਕਰ ਦਿੱਤੀ। ਸੋ ਸਾਧ ਸੰਗਤ ਜੀ, ਸਾਖੀ ਜ਼ਿਆਦਾ ਲੰਮੀ ਹੋਣ ਕਰਕੇ ਆਪਾਂ ਇੱਥੇ ਹੀ ਰੋਕਦੇ ਹਾਂ। ਅਗਲੀ ਲੜੀ ਜਲਦੀ ਹੀ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਲਾਈਕ, ਕਮੈਂਟ, ਸ਼ੇਅਰ ਵੀ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।